दिल्ली के बार्डर उत्ते बह के तीन काले कानून जिहड़ी भारती सरकार लैके आई वो वापस कराए। आपां सरकार ने उदों मन्निया सी जदों काले कानून वापस कीते आ, नाल कहा सी कि असीं MSP ते गरंटड कानून बनावांगे, वो किते नहीं बनाया। वेख लो तुसीं हाल की बनिया सरकार दा। मान लो जिन्ने भी बुद्धिजीव को पत्रकार जिन्ने भी अपनियां सजावां कट चुके आ, क्योंकि मतलब बहुत ज़्यादा सजावां जिहड़ियां कट चुके जी। जिन्नू 20 साल की सज़ा हुई आ वो 40 45 साल कट सके, अजे बाहर नहीं कटे। 75 साल तो रवायती पार्टियां इस देश दे विच राज करदियां आ रहियां। समय समय ते जिहड़ा वा चोला बदलदा रहा, नीति ओह रहिंदी रही। किसानी दे मजदूरी दे हर वर्ग दे मन दे विच दुख आ गया कि इन्हां ने साडा लुटिया लटिया, हुण ते साडी जमीन सारा कुछ साडा खुस चलिया ते दुखी हो के बदला लियांदा, पर बदला एडा निकम्मा आ गया। भगवंत मान ने बिजली का ऐलान किया 600 यूनिट फ्री दो, और दूगा कितों 1500 करोड़ रुपया जिहड़ा वा बिजली की देनदारी जे। अज साडा ते मोह भंग हो गया ना सरकारां दा, चाहे वह अकाली दल है चाहे BJP। तुसीं वेखिया आपां नूं 13 महीने उन्हें किसानां नूं रोलिया वा, कांग्रेस आपां वेखी आ, सारा कुछ वेखिया। मैं आखूंगा लोकां नूं इहदे नाल जोड़ना चाहीदा वा, ते जिहड़ा वोटां दे विच इक न्योटा बटन हुंदा वा ਉਹ ਦੱਬ ਦੇਣਾ ਚਾਹੀਦਾ ਵੀ ਸਾਨੂੰ ਕੋਈ ਮਨਜ਼ੂਰ ਹੀ ਨਹੀਂ। ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੇ ਗੱਲ ਕਰੀਏ, ਲੰਮੇ ਸਮੇਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਜੰਗ ਜਾਰੀ ਹੈ, ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਮੰਗਾਂ ਸੀ ਜੋ ਕਿ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਨਾ ਪੂਰੀਆਂ ਹੋਣ ਕਰਕੇ ਜੇ ਗੱਲ ਕਰੀ ਅੱਜ ਫਿਰ ਦਸੰਬਰ ਦੇ ਮਹੀਨੇ ਵਿੱਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ੇ ਜਿਹੜੇ ਬੰਦ ਕੀਤੇ ਗਏ ਨੇ। ਆਓ ਗੱਲ ਕਰੀਏ, ਸੋ ਸਾਡੇ ਨਾਲ ਕਿਸਾਨ ਆਗੂ ਮੌਜੂਦ ਸਰ। ਪੰਜਾਬ ਇਹ ਟੋਲ ਪਲਾਜ਼ੇ ਬੰਦ ਕਰਨੇ ਪਏ, ਤੁਹਾਨੂੰ ਕੇਂਦਰ ਸਰਕਾਰ ਦੀ ਤੁਹਾਡੀ ਮੰਗਾਂ ਸੀ ਮੇਨ ਕਿਸਾਨ ਖੇਤੀ ਅੰਦੋਲਨ ਲੈ ਗਏ, ਉਹ ਤਾਂ ਵੇਖੇ ਤੁਹਾਡੀ ਮੰਗ ਮੰਨ ਲਈ ਸੀ। ਹੋਰ ਕਿਹੜੀਆਂ ਮੰਗਾਂ ਅਜਿਹੀਆਂ ਰਹੀਆਂ ਜਿਹਦੇ ਕਰਕੇ ਕਿਸਾਨ ਸਾਲ ਵਧਾਉਣ ਦੇ ਬਾਵਜੂਦ ਵੀ ਤੁਹਾਡੀ ਮੰਗ ਨਹੀਂ ਪੂਰੀ, ਜਿਹਦੇ ਕਰਕੇ ਤੁਹਾਨੂੰ ਫਿਰ ਟੋਲ ਪਲਾਜ਼ਾ ਆ ਕੇ ਬਹਿਣਾ ਪਿਆ ਜੀ? ਮੈਂ ਸਤਨਾਮ ਸਿੰਘ ਮਾਣੋਚਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ, ਸੂਬਾ ਕੋਰ ਕਮੇਟੀ ਦਾ ਮੈਂਬਰ। ਮੰਗਾ ਸਰ ਤੁਸੀਂ ਸਾਰੇ ਭਲੀ ਭਾਅ ਜਾਣਦੇ ਜੇ ਵੀ ਆਪਾਂ ਲਗਾਤਾਰ 13 ਮਹੀਨੇ ਦਿੱਲੀ ਸੰਘਰਸ਼ ਜਿਹੜਾ ਕੀਤਾ, ਦਿੱਲੀ ਦੇ ਬਾਰਡਰਾਂ ਦੇ ਉੱਤੇ ਬਹਿ ਕੇ ਤਿੰਨ ਕਾਲੇ ਕਾਨੂੰਨ ਜਿਹੜੀ ਭਾਰਤੀ ਸਰਕਾਰ ਲੈ ਕੇ ਆਈ ਉਹ ਵਾਪਸ ਕਰਾਏ। ਆਪਾਂ ਸਰਕਾਰ ਨੇ ਉਦੋਂ ਮੰਨਿਆ ਸੀ ਜਦੋਂ ਕਾਲੇ ਕਾਨੂੰਨ ਵਾਪਸ ਕੀਤੇ ਆ, ਨਾਲ ਕਿਹਾ ਸੀ ਵੀ ਅਸੀਂ MSP ਤੇ ਗਰੰਟਡ ਕਾਨੂੰਨ ਬਣਾਵਾਂਗੇ, ਉਹ ਕਿਤੇ ਨਹੀਂ ਬਣਾਇਆ। ਵੇਖ ਲਓ ਤੁਸੀਂ ਹਾਲ ਕੀ ਬਣਿਆ ਸਰਕਾਰ ਦਾ। ਆਂਦੇ ਸੀ ਵੀ ਅਸੀਂ ਜਿਹੜਾ ਵਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਉਹਦੇ ਤੇ ਕੁਝ ਨਹੀਂ ਕੀਤਾ। ਨਾਲ ਉਹਨਾਂ ਨੇ ਕਿਹਾ ਸੀ ਵੀ ਬਿਜਲੀ ਐਕਟ 2020 ਜਿਹੜਾ ਆਇਆ ਵਾ ਉਹਦੀ ਸਟੈਂਡਿੰਗ ਕਮੇਟੀ ਜਿਹੜੀ ਬਣਾ ਦਿੱਤੀ ਗਈ ਆ, ਉਹਦੀ ਰਿਪੋਰਟ ਦੇ ਮੁਤਾਬਕ ਜਿਹੜਾ ਵਾ ਉਹ 'ਤੇ ਫੈਸਲਾ ਲਿਆ ਜਾਊ। ਉਹ ਅਜੇ ਉਹਦੀ ਰਿਪੋਰਟ ਆਈ ਨਹੀਂ ਗੀ, ਅਤੇ ਇਹਨਾਂ ਚੋਰ ਮੋਰੀਆਂ ਰਾਹੀਂ ਸੂਬਿਆਂ ਤੋਂ ਅਧਿਕਾਰ ਬਿਜਲੀ ਖੋਹ ਲਿਆ। ਇਹ ਹੋ ਗਿਆ। ਨਾਲ ਸਾਡੀ ਬੰਦੀ ਸਿੰਘਾਂ ਦੀ ਜਿਹੜੇ ਮੰਨ ਲਓ ਜਿੰਨੇ ਵੀ ਬੁੱਧੀਜੀਵ ਕੋ ਪੱਤਰਕਾਰ ਜਿੰਨੇ ਵੀ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਆ, ਕਿਉਂਕਿ ਮਤਲਬ ਬਹੁਤ ਜ਼ਿਆਦੀਆਂ ਸਜ਼ਾਵਾਂ ਜਿਹੜੀਆਂ ਕੱਟ ਚੁੱਕੇ ਜੀ। ਜਿਹਨੂੰ 20 ਸਾਲ ਦੀ ਸਜ਼ਾ ਹੋਈ ਆ ਉਹ 40 45 ਸਾਲ ਕੱਟ ਸਕੇ, ਅਜੇ ਬਾਹਰ ਨਹੀਂ ਕੱਢੇ, ਉਹਨਾਂ ਦੀ ਰਿਹਾਈ ਦੀ ਗੱਲ ਆ। ਨਾਲ ਲਖੀਮਪੁਰ ਖੀਰੀ ਦੇ ਜਿਹੜੀ ਘਟਨਾ ਵਾਪਰੀ ਵੀ ਉੱਥੇ ਦਰੜ ਕੇ ਮਾਰਤੇ ਕਿਸਾਨ, ਅਤੇ ਨਾਲ ਇੱਕ ਸਾਡਾ ਵੀਰ ਪੱਤਰਕਾਰ ਅਜੇ ਮਿਸ਼ਰਾ ਦੇ ਲੜਕੇ ਅਜੇ ਟੈਣੀ ਨੇ, ਆਸ਼ੀਸ਼ ਟੈਣੀ ਨੇ ਜਿਹੜਾ ਵਾ ਉਹਨਾਂ ਨੂੰ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰਾ ਕੇ 120B ਧਾਰਾ ਦੇ ਵਿੱਚ ਜੇਲ੍ਹ ਘਲਾਉਣ ਦੀ ਮੰਗ ਆ। ਜਿਹੜੇ ਉੱਥੇ ਨਜਾਇਜ਼ ਫੜ ਕੇ ਅਤੇ ਜੇਲ੍ਹ ਦੇ ਵਿੱਚ 302 ਦਾ ਪਰਚਾ ਕਰਕੇ ਜੇਲ੍ਹ 'ਚ ਸੁੱਟਿਆ, ਉਹਨਾਂ ਨੂੰ ਬਾਹਰ ਕਢਾਉਣ ਦੀ ਮੰਗ ਆ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਿਰਤੀ ਦਾ, ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਲਗਾਤਾਰ ਸਾਡਾ ਸੰਘਰਸ਼ ਜਿਹੜਾ ਉਦੋਂ ਤੋਂ ਹੀ ਚੱਲਦਾ ਰਿਹਾ, ਕਿਉਂਕਿ ਸਰਕਾਰ ਮੋਦੀ ਦੀ ਜਿਹੜੀ ਆ ਪਿਛਾਂਹ ਮੁੜ ਗਈ ਆ। ਅਤੇ ਹੁਣ 26 ਨਵੰਬਰ ਨੂੰ 2 ਸਾਲ ਪੂਰੇ ਹੋ ਗਏ ਸੀ, ਅਸੀਂ ਫਿਰ ਪੱਕਾ ਮੋਰਚਾ ਜਿਹੜਾ ਵਾ ਉਹ ਲਾ ਕੇ ਬੈਠੇ। ਤੇ ਗੱਲ ਕਰੀਏ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਪਏ ਅੱਜ, ਇਹ 15 ਦਸੰਬਰ ਤੋਂ ਅੱਜ ਬੰਦ ਕਰਤੇ ਆ, ਮਤਲਬ ਲੋਕਾਂ ਨੂੰ ਫ੍ਰੀ ਦੇ ਦਿੱਤਾ ਵਾ। ਤੇ ਗੱਲ ਕਰੀਏ ਕਿੰਨੇ ਸਮੇਂ ਲਈ ਬੰਦ ਕੀਤੇ ਗਏ, ਜਿਹੜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜਾਂ ਅਣਮਿੱਥੇ ਸਮੇਂ ਚੱਲੇ ਹੋਏ ਆ? 26 ਨਵੰਬਰ ਨੂੰ ਅਸੀਂ ਮੋਰਚਿਆਂ 'ਤੇ ਬੈਠੇ ਸਾਂ ਅਤੇ ਐਲਾਨ ਕੀਤਾ ਸੀ ਵੀ 26 ਨਵੰਬਰ ਨੂੰ ਜਿਹੜਾ ਵਾ 2022 ਨੂੰ ਅਸੀਂ ਮੋਰਚੇ ਲਾਵਾਂਗੇ DC ਦਫ਼ਤਰਾਂ ਦੇ। ਜੇ ਸਾਡੀ ਸਰਕਾਰ ਸੁਣ ਲੈਂਦੀ ਆ ਕੋਈ ਗੱਲਬਾਤ ਤਾਂ ਫਿਰ ਇਹ ਸੋਚਿਆ ਜਾਊਗਾ ਅਤੇ ਫਿਰ ਵਾਪਸ ਲੈ ਜਾਣਗੇ, ਪਰ ਸਰਕਾਰ ਨੇ ਅਜੇ ਸੁਣੀ ਨਹੀਂ। ਫਿਰ ਅਸੀਂ ਸੂਬੇ ਦੀ ਮੀਟਿੰਗ ਕਰਕੇ 15 ਤਰੀਕ ਤੱਕ, 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਟੋਲ ਫਰੀ ਕਰਨ ਦਾ ਜਿਹੜਾ ਵਾ, ਇਹ ਟੋਲ ਫਰੀ ਵੀ ਜਿਹੜੇ ਇਸ ਕਰਕੇ ਕੀਤੇ ਆ ਵੀ ਇਹ ਕਾਰਪੋਰੇਟ ਘਰਾਣੇ ਜਿਹੜੇ ਆ ਇਹ ਸਾਡੀਆਂ ਜੇਬਾਂ 'ਤੇ ਵੱਡਾ ਡਾਕਾ ਮਾਰ ਕੇ ਬੈਠੇ ਨੇ, ਕਿਉਂਕਿ ਜਦੋਂ ਅਸੀਂ ਕੋਈ ਵੀ ਵਹੀਕਲ ਕਢਾਉਂਦੇ ਹਾਂ, ਗੱਡੀ ਕਢਾਉਂਦੇ ਹਾਂ, ਬੱਸ ਮੋਟਰ ਕਢਾਉਂਦੇ ਹਾਂ, ਉਹਦਾ ਟੈਕਸ ਉਦੋਂ ਦਿੱਤਾ ਜਾਂਦਾ। ਇਹ ਜਿਹੜਾ ਟੈਕਸ ਹੈ ਨਜਾਇਜ਼ ਆ, ਇਹ ਨਹੀਂ ਬਣਦਾ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਰੋਡ ਬਣਾਵੇ, ਲੋਕਾਂ ਨੂੰ ਸਹੂਲਤ ਦੇਵੇ, ਕਿਉਂਕਿ ਸਵੇਰੇ ਉੱਠਦਾ ਹੀ ਟੈਕਸ ਸਰਕਾਰ ਨੂੰ ਦੇ ਰਿਹਾ। ਇਸ ਕਰਕੇ ਧੱਕੇ ਦੇ ਨਾਲ ਟੈਕਸ ਜਿਹੜਾ ਕਰਾਇਆ ਜਾ ਰਿਹਾ, ਇਹ ਕਾਰਪੋਰੇਟ ਘਰਾਣਿਆਂ ਨੂੰ ਨੱਤ ਪਾਉਣ ਵਾਸਤੇ ਤੇ ਭਾਰਤ ਵਿੱਚੋਂ ਭਜਾਉਣ ਵਾਸਤੇ ਜਿਹੜਾ ਵਾ ਟੋਲ ਫ੍ਰੀ ਕੀਤੇ ਗਏ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਲੀਡ ਨਾਲ ਬਣਾਈ ਸਰਕਾਰ। ਪੰਜਾਬ 'ਚ ਗੱਲ ਕਰ ਲਈ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਨੇ ਵੀ ਆਮ ਆਦਮੀ ਪਾਰਟੀ ਵੋਟ ਪਾ ਕੇ ਦੱਸਤਾ ਕਿ ਪੰਜਾਬ 'ਚ ਨਵਾਂ ਬਦਲਾਅ ਲਿਆਉਣਾ ਸੀ, ਆਮ ਆਦਮੀ ਪਾਰਟੀ ਸਰਕਾਰ ਲਿਆਉਣੀ ਹੈ। ਸਾਰੀਆਂ ਪਾਰਟੀ ਨੇ ਕਹਤਾ। ਅੱਜ ਆਮ ਆਦਮੀ ਪਾਰਟੀ ਸਰਕਾਰ ਪੰਜਾਬ 'ਚ ਹੁਣ ਬਾਅਦ ਵੀ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਕਿਹਾ ਸੀ ਪੰਜਾਬ ਦੇ ਲੋਕ ਖੁਸ਼ਹਾਲ ਹੋਣਗੇ ਆਮ ਆਦਮੀ ਪਾਰਟੀ ਸਰਕਾਰ 'ਚ, ਕਿਸੇ ਨੂੰ ਸੜਕਾਂ 'ਤੇ ਨਹੀਂ ਬਹਿਣ ਦੇਵਾਂਗੇ, ਨਾ ਕਿਸਾਨ ਹੋ ਜਾਂ ਮੁਲਾਜ਼ਮ ਹੋਵੇ। ਅੱਜ ਫਿਰ ਕਿਸਾਨ ਸੜਕਾਂ 'ਤੇ ਬੈਠੇ ਪਹਿਲਾਂ ਵੇਖੋ ਜੀ 75 ਸਾਲ ਤੋਂ ਰਵਾਇਤੀ ਪਾਰਟੀਆਂ ਇਸ ਦੇਸ਼ ਦੇ ਵਿੱਚ ਰਾਜ ਕਰਦੀਆਂ ਆ ਰਹੀਆਂ। ਸਮੇਂ-ਸਮੇਂ 'ਤੇ ਜਿਹੜਾ ਵਾ ਚੋਲਾ ਬਦਲਦਾ ਰਿਹਾ, ਨੀਤੀ ਉਹ ਰਹਿੰਦੀ ਰਹੀ। ਇਸ ਵੇਲੇ ਕੀ ਬਣਿਆ ਵੀ ਉਧਰੋਂ ਇਲੈਕਸ਼ਨ ਆ ਗਈ, ਉਧਰੋਂ ਦਿੱਲੀ ਮੋਰਚਾ ਲੱਗ ਗਿਆ। ਕਿਸਾਨੀ ਦੇ, ਮਜ਼ਦੂਰੀ ਦੇ, ਹਰ ਵਰਗ ਦੇ ਮਨ ਦੇ ਵਿੱਚ ਦੁੱਖ ਆ ਗਿਆ ਵੀ ਇਹਨਾਂ ਨੇ ਸਾਡਾ ਲੁੱਟਿਆ ਲਟਿਆ ਤੇ ਸਾਡੀ ਜ਼ਮੀਨ ਸਾਰਾ ਕੁਝ ਸਾਡਾ ਖੁਸ਼ ਚਲਿਆ ਤੇ ਦੁਖੀ ਹੋ ਕੇ ਬਦਲਾਅ ਲਿਆਂਦਾ। ਪਰ ਬਦਲਾਅ ਐਡਾ ਨਿਕੰਮਾ ਆ ਗਿਆ। 92 ਸੀਟਾਂ ਦਿੱਤੀਆਂ ਵਾ ਪਰ ਉਹ ਸਰਕਾਰ ਜਿਹੜੀ ਆ ਬਿਲਕੁਲ ਉਹ ਮਾਸਾ ਜਿੰਨਾ ਫਰਕ ਨਹੀਂ ਪਿਆ, ਕਿਉਂਕਿ ਸਰਕਾਰ ਭ੍ਰਿਸ਼ਟ ਸਰਕਾਰਗਾਰੀ ਆ ਗਈ ਆ, ਉਸੇ ਤਰ੍ਹਾਂ ਵੱਡੀ ਚੱਲਣ ਰਹੀ ਆ। ਕੋਈ ਉਹਨਾਂ ਤੋਂ ਅਮਨ ਕਾਨੂੰਨ ਦੀ ਸਥਿਤੀ ਨਹੀਂ, ਰੋਜ਼ ਡਾਕੇ ਵੱਜ ਰਹੇ, ਰੋਜ਼ ਕਤਲ ਹੋ ਰਿਹਾ। ਕਿਤੇ ਉਹ ਮੰਨ ਲਓ ਕੁਛ ਨਹੀਂ, ਇਹਨਾਂ ਦੀਆਂ ਜੋ ਮੰਗਾਂ ਇਹਨਾਂ ਨੇ ਕਿਹਾ ਸੀ, ਜੋ ਵਾਅਦਾ ਕਰਕੇ ਇਹਨਾਂ ਦਾ ਚੋਣ ਮੈਨੀਫੈਸਟੋ ਸੀ, ਉਹ 'ਤੇ ਬਿਲਕੁਲ ਅਮਲ ਨਹੀਂ। ਉਹ ਤੋਂ ਸਾਰਾ ਕੁਝ ਉਲਟ ਹੋ ਰਿਹਾ। ਨਸ਼ਾ ਵੀ ਦੇਸ਼ ਦੇ ਵਿੱਚ ਮਾਰੋ ਮਾਰ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰੇਤ ਦਾ ਬਾਲਟਾ ਨਹੀਂ ਮਿਲਦਾ। ਜਿਹੜੇ ਕਹਿੰਦੇ ਸੀ ਅਸੀਂ ਆ ਗਏ ਤੇ ਰੇਤ ਜਿਹੜੀ ਆ ਵਾਧੂ ਕਰ ਦਾਂਗੇ, ਅੱਜ ਰੇਤ ਤੋਂ ਜਿੰਨਾ ਕਾਰੋਬਾਰ ਚੱਲਦਾ ਸਾਰਾ ਫੇਲ ਹੋ ਗਿਆ। ਨਾ ਕਿਸੇ ਨੂੰ ਦਿਹਾੜੀ ਮਿਲ ਰਹੀ ਆ, ਨਾ ਕੋਈ ਕਾਰੋਬਾਰ ਚੱਲ ਰਿਹਾ, ਬਿਲਕੁਲ ਉਹ ਸਾਰਾ ਕੁਝ ਚੌਪਟ ਹੋ ਗਿਆ। ਜਿੰਨੀਆਂ ਆਸਾਂ ਲੋਕਾਂ ਨੇ ਇਸ ਪਾਰਟੀ ਦੇ ਉੱਤੇ ਰੱਖੀਆਂ ਸੀ, ਆਮ ਪਾਰਟੀ ਦੇ, ਜੋ ਇਹਨਾਂ ਲੋਕਾਂ ਨੂੰ ਸੋਸ਼ਲ ਦਿਖਾਇਆ ਸੀ, ਉਹ ਤੋਂ ਸਾਰਾ ਕੁਝ ਉਲਟਿਆ। ਪਰ ਲੋਕ ਦੁਖੀ ਹੋ ਕੇ ਅੱਜ ਵੀ ਧਰਨੇ ਵਿਚਾਰੇ ਕਰ ਰਹੇ ਨੇ ਆਪਣੇ ਹੱਕ ਮੰਗਣ ਵਾਸਤੇ, ਸ਼ਹੀਦੀਆਂ ਦੇ ਰਹੇ ਨੇ। ਬਲਵਿੰਦਰ ਸਿੰਘ ਗਿੱਲ ਵੜੈਚ ਮਜ਼ਦੂਰ ਆਗੂ ਜਿਹੜਾ 7 ਤਰੀਕ ਨੂੰ ਇਹਨਾਂ ਦੀ ਜਿਹੜੀ ਇਹ ਗੰਦੀ ਕਰਤੂਤ, ਮਾੜੀ ਨੀਤੀ ਦਾ ਕਰਕੇ ਆਪਣੀ ਜਾਨ ਜਿਹੜਿਆ ਤਰਨਤਾਰ DC ਦਫ਼ਤਰ ਗਾੜੀ ਤੇ ਆ ਗਿਆ। 8 ਦਿਨ ਉਹਦੀ ਡੈੱਡ ਬੋਡੀ ਰੋਲੀ ਆ, 8 ਦਿਨ ਉਹਨੂੰ ਮਰੇ ਨੂੰ ਜਿਹੜਾ ਵਾ ਰੱਖ ਛੱਡਿਆ ਵਾ ਤੇ ਇਹਨਾਂ ਨੇ ਉਹਦੀ ਸਾਰ ਨਹੀਂ ਰਹੀ। ਉਹਨੂੰ ਯੋਗ ਮੁਆਵਜ਼ਾ, ਜੋ ਉਹਦਾ ਮਾਨ ਸਨਮਾਨ ਬਣਦਾ ਸੀ, ਆਖਰੀ ਵੀ ਉਹ ਵੀ ਨਹੀਂ ਦਿੱਤਾ। ਤੇ ਕੱਲ੍ਹ ਜਦੋਂ ਸਖਤ ਐਕਸ਼ਨ ਕੀਤਾ ਵਾ, ਚਾਰੇ ਗੇਟ DC ਦਫ਼ਤਰ ਤੇ ਰੋਕੇ ਆ ਤੇ ਫਿਰ ਉਸੇ ਵੇਲੇ ਹੀ ਸਰਕਾਰ ਜਿਹੜੀ 26 ਨਵੰਬਰ ਤੋਂ ਤੁਸੀਂ ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੋ, ਕੇਂਦਰ ਸਰਕਾਰ ਦੇ ਖਿਲਾਫ ਕਰ ਰਹੇ ਹੋ, ਪੰਜਾਬ ਸਰਕਾਰ ਦੇ ਖਿਲਾਫ ਰਹੇ ਹੋ, ਜਾਨੀ ਕਿ ਤੁਸੀਂ ਅਲਟੀਮੇਟ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਅਸੀਂ ਟੋਲ ਪਲਾਜ਼ੇ ਬੰਦ ਕਰਾਂਗੇ, ਸਾਡੇ ਨਾਲ ਗੱਲ ਕਰੋ। ਕਿ ਕੋਈ ਮੈਸੇਜ ਨਹੀਂ ਆਇਆ ਸਰਕਾਰ ਵੱਲੋਂ, ਕਿ ਏਜੰਸੀਆਂ ਵੱਲੋਂ ਕੋਈ ਮੈਸੇਜ ਨਹੀਂ ਆਇਆ ਕਿ ਧਰਨੇ ਪ੍ਰਦਰਸ਼ਨ ਨਾ ਕਰੋ, ਸਾਡੇ ਨਾਲ ਬਹਿ ਗੱਲ ਕਰੋ, ਕਿ ਮੀਟਿੰਗ ਬਾਰੇ ਕੋਈ ਆਈ ਕਾਲ ਇਸ ਬਾਰੇ? ਦੇਖੋ ਜੀ, ਧਰਨੇ ਲਾਉਣ ਤੋਂ 20 ਦਿਨ ਪਹਿਲਾਂ ਅਸੀਂ ਪੂਰੇ ਜਿੰਨੇ DC ਆ ਪੰਜਾਬ 'ਚ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਗਏ ਆ, ਵਕਤ ਮਿਲ ਕੇ ਵੀ ਅਸੀਂ ਧਰਨਾ ਲਾਉਣਾ ਵਾ 26 ਨਵੰਬਰ ਨੂੰ ਤੇ ਆਹ ਸਾਡੀਆਂ ਮੰਗਾਂ ਵਾ ਤੇ ਇਹਨਾਂ 'ਤੇ ਕੁਛ ਸੋਚਿਆ ਜਾਵੇ। ਪਰ ਸਾਨੂੰ ਕੋਈ ਕਿਸੇ ਦਾ ਜਵਾਬ ਨਹੀਂ ਆਇਆ। ਫਿਰ 26 ਨਵੰਬਰ ਨੂੰ ਜਿਹੜਾ ਪੂਰੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਉੱਤੇ ਅਸੀਂ DC ਦਫ਼ਤਰਾਂ ਧਰਨੇ ਲਾਏ। ਕੁਝ ਜ਼ਿਲ੍ਹਿਆਂ ਦੇ ਲੋਕ ਸਾਡੇ ਜਿੱਥੇ ਕੈਡਰ ਘੱਟ ਆਉਂਦੇ ਆ ਜਾਂਦੇ ਆ, ਦਿਨ ਦਿਨ ਧਰਨਾ ਲਾਉਂਦੇ ਆ, ਪਰ ਸਰਕਾਰ ਨੇ ਸਾਨੂੰ ਵੇਖੋ ਅੱਜ 20 ਦਿਨ ਹੋ ਗਏ ਆ ਤੇ ਸਰਕਾਰ ਨੇ ਆਵਾਜ਼ ਨਹੀਂ ਪੁੱਛੀ। ਤੇ ਇਹ ਸਰਕਾਰ ਤੇ ਲੋਕਾਂ ਨੂੰ ਬੜਾ ਮਾਣ ਸੀ, ਬੜਾ ਵਿਸ਼ਵਾਸ ਸੀ ਵੀ ਪਿਛਲੀਆਂ ਸਰਕਾਰਾਂ ਜਿਹੜੀਆਂ ਮਾੜੀਆਂ ਸੀ, ਲੋਕਾਂ ਨੇ ਬਹੁਤ ਜ਼ਿਆਦਾ ਉਹਨਾਂ ਧੋਖਾ ਕੀਤਾ। ਪਰ ਮੈਂ ਤਾਂ ਆਖੂੰਗਾ ਉਹਨਾਂ ਦੀ ਵੀ ਮਾਂ ਪਾਰਟੀ ਜਿਹੜੀ ਨਿਕਲੀ ਆ, ਇਹਨੇ ਜੋ ਅੱਜ ਤੱਕ 8 ਮਹੀਨੇ ਦੇ ਵਿੱਚ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਤੇ ਸਾਨੂੰ ਸਿਰਫ ਸਰਕਾਰਾਂ ਜਿਹੜੀਆਂ ਮੁਕਤ ਪੁਣੇ 'ਚ ਲੈ ਕੇ ਜਾ ਰਹੀਆਂ, ਪਰ ਮੈਂ ਤਾਂ ਆਖੂੰਗਾ ਕਿਸਾਨ ਅੰਨਦਾਤਾ ਵਾ, ਸਾਨੂੰ ਮੁਕਤ ਪੁਣੇ ਦੇ ਖਾਣ ਦੀ ਬਜਾਏ ਕਿਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦੇਣ, ਸਾਡੇ ਫਸਲਾਂ ਦੇ ਭਾਅ ਜਿਹੜੇ ਇਹ ਮਿਸ ਦੇਣ ਤੇ ਨਾ ਕਿਸਾਨ ਨਾ ਮਜ਼ਦੂਰ ਸੜਕਾਂ 'ਤੇ ਨਹੀਂ ਆਊਗਾ। ਉਹ ਬਿਜਲੀ ਦਾ ਬਿੱਲ ਵੀ ਭਰੂਗਾ, ਸਾਰਾ ਕੁਝ ਕਰੂਗਾ, ਪਰ ਇਹ ਆਪਣੇ ਆਪ ਹੀ ਜਿਹੜੇ ਇਹੋ ਜਿਹੇ ਫ੍ਰੀ ਵਾਲੇ ਐਲਾਨ ਵਾ। ਹੁਣ ਵੇਖੋ ਭਗਵੰਤ ਮਾਨ ਨੇ ਬਿਜਲੀ ਦਾ ਐਲਾਨ ਕੀਤਾ ਵੀ 600 ਯੂਨਿਟ ਫ੍ਰੀ ਦਊ, ਉਹ ਦਊਗਾ ਕਿੱਥੋਂ? 1500 ਕਰੋੜ ਰੁਪਈਆ ਜਿਹੜਾ ਵਾ ਬਿਜਲੀ ਦੀ ਦੇਣਦਾਰੀ ਜੇ ਅੱਜ। ਤੇ ਇਹ ਜਿਹੜਾ ਅਸੀਂ ਕਹਿੰਦੇ ਵੀ ਬਿਜਲੀ ਸਾਨੂੰ ਸਸਤੀ ਦਿੱਤੀ ਜਾਵੇ, 1 ਰੁਪਈਆ ਜਾਂ 2 ਰੁਪਈਏ ਯੂਨਿਟ ਦਿੱਤੀ। ਲੋਕ ਸਭਾ ਦੀਆਂ ਚੋਣਾਂ ਆ ਰਹੀਆਂ 2024 ਦੇ ਵਿੱਚ, 2023 ਦੀ ਗੱਲ ਕਰੀਏ ਆ ਮਹੀਨੇ ਨੂੰ 2023 ਸਾਲ ਚੜ੍ਹ ਜਾਣਾ ਵਾ। 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ। ਕੀ ਲੱਗਦਾ ਤੁਹਾਨੂੰ, ਲੱਗਦਾ ਵਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ BJP ਕਹਿ ਰਹੀ ਕਿ ਔਰ ਸਰਕਾਰ ਫਿਰ ਮੋਦੀ ਸਰਕਾਰ ਬਣ ਜਾ ਰਹੀ ਹੈ, ਕਹਿੰਦੇ ਨੇ ਏਜੰਸੀਆਂ ਰਿਪੋਰਟ ਆ ਰਹੀ ਹੈ ਕਿ ਫਿਰ ਬਣੂਗੀ, ਕੀ ਤੁਹਾਨੂੰ ਲੱਗਦਾ ਵਾ ਵਿਸ਼ਵਾਸ ਹੈਗਾ ਵਾ ਪੰਜਾਬ ਦੇ ਵਿੱਚ? ਕਿਵੇਂ ਤੁਸੀਂ ਵੋਟਾਂ, ਕਿਹੜੀ ਪਾਰਟੀ ਵੋਟ ਪਾਓ, ਕੀ ਮੂਵ ਰਹਿ ਜਾਣਾ? ਵੇਖੋ ਜੀ, ਇਹਨਾਂ ਦਾ ਸਾਡਾ ਤਾਂ ਮੋਹ ਭੰਗ ਹੋ ਗਿਆ ਨਾ ਸਰਕਾਰਾਂ ਦਾ, ਚਾਹੇ ਉਹ ਅਕਾਲੀ ਦਲ ਹੈ ਚਾਹੇ BJP। ਤੁਸੀਂ ਵੇਖਿਆ ਆਪਾਂ ਨੂੰ 13 ਮਹੀਨੇ ਉਹਨੇ ਕਿਸਾਨਾਂ ਨੂੰ ਰੋਲਿਆ ਵਾ, ਕਾਂਗਰਸ ਆਪਾਂ ਵੇਖੀ ਆ, ਸਾਰਾ ਕੁਝ ਵੇਖਿਆ। ਮੈਂ ਤਾਂ ਆਖੂੰਗਾ ਲੋਕਾਂ ਨੂੰ ਇਹਦੇ ਨਾਲ ਜੋੜਨਾ ਚਾਹੀਦਾ ਵਾ ਤੇ ਜਿਹੜਾ ਵੋਟਾਂ ਦੇ ਵਿੱਚ ਇੱਕ ਨਿਊਟਾ ਬਟਨ ਹੁੰਦਾ ਵਾ ਉਹ ਦੱਬ ਦੇਣਾ ਚਾਹੀਦਾ ਵੀ ਸਾਨੂੰ ਕੋਈ ਮਨਜ਼ੂਰ ਹੀ ਨਹੀਂ, ਕਿਉਂਕਿ ਜਿੰਨੀਆਂ ਵੀ ਸਰਕਾਰਾਂ ਆਪਾਂ ਬਣਾਈਆਂ ਵਾ ਆਪਾਂ ਕਿਸੇ ਨੂੰ ਅੱਜ ਤੱਕ ਚੰਗਾ ਨਹੀਂ ਕਹਿ ਸਕਦੇ। ਤੇ ਸਾਰਿਆਂ ਨੂੰ ਮੈਂ ਤਾਂ ਆਖੂ ਮਜ਼ਬੂਤ ਆਹ ਚੀਜ਼ ਵਾ, ਲੋਕ ਦਲ ਵਾ, ਲੋਕ ਜਨਤਾ ਦਾ ਸਾਥ ਵਾ ਤੇ ਇਹ ਇਕੱਠੇ ਹੋ ਕੇ ਤਾਂ ਸੜਕਾਂ 'ਤੇ ਆ ਕੇ ਜੋ ਇਹਨਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਛੱਤਰ ਦੇ ਨਾਲ ਪੂਰੇ ਕਰਾਉਣੇ ਪੈਣੇ ਆ, ਵੋਟਾਂ ਬਾਟਾਂ ਨਾਲ ਨਹੀਂ ਸਰਨਾ। आ धरना लाया तो टोल प्लाजा तो इस तो बाद अगर तुहाडी पंजाब सरकार या केंद्र सरकार कोई मंग नहीं मानती कि अगला एक्शन कितना वड्डा होगा कि या फिर कोई मीटिंग होगी। देखो जी एक्शन तो वड्डे तो वड्डा होगा। पहलों साडा डीसी दफ्तर दा वा हुण असीं टोल प्लाजे ते आ गए हां, उदों बाद ओह सारा रेलां ते जाना पवे जां दिल्ली वाल नूं जाना पवे क्योंकि मंगां लोकां दीआं वा किसे एक बंदे दीआं मंगां थोड़ीआं, इह सारे पूरे हर एक पक्ष दीआं मंगां वा ते एक्शन आ जिहड़े तेज़ ही होणे आ ते वड्डे एक्शन होणे। सरकार नूं समझ लेना चाहीदा ए गलबात करके ते जिहड़ियां मंगां वा ओह पूरीआं कर देणीआं चाहीदियां, नहीं ते फिर ਜ਼ਿੰਮੇਵਾਰੀ सरकारां आ वी ਜ਼ਿੰਮੇਵਾਰੀ सरकारां दी आ। ਉਹਨਾਂ ਦੀ ਨਲਾਇਕੀ ਕਾਰਨ ਅੱਜ ਜਿਹੜਾ ਟੋਲ ਪਲਾਜ਼ੇ ਬੰਦ ਹੋ ਰਹੇ ਆ। ਜੇ ਕਿਤੇ ਗੱਲਬਾਤ ਕਰ ਲੈਂਦੇ ਸਾਨੂੰ ਸ਼ੌਂਕ ਨਹੀਂ ਸੜਕਾਂ 'ਤੇ ਬਹਿਣ ਦਾ। ਤੁਸੀਂ ਵੇਖਿਆ ਕਿੰਨੀ ਠੰਡ ਵਾ, ਸਾਡੇ ਬਜ਼ੁਰਗ ਸ਼ਹੀਦ ਹੋ ਰਹੇ ਆ, ਕਿਸਾਨ ਇੱਕ ਸ਼ਹੀਦ ਹੋ ਗਿਆ ਅਤੇ ਇਹ ਸਰਕਾਰ ਦੀ ਨਲਾਇਕੀ ਆ ਅਤੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ, ਸੋਚ ਲੈਣਾ ਚਾਹੀਦਾ ਵੀ ਇਹ ਜਿਹੜੇ ਇਹਨਾਂ ਦੇ ਮਸਲੇ ਉਹ ਹੱਲ ਕਰੋ। ਇਹ ਸਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਕਿ ਲਗਾਤਾਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਕਿਉਂਕਿ ਲਗਾਤਾਰ ਪਹਿਲੇ ਕਈ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਜੋ ਇਹਨਾਂ ਨੇ ਵਾਅਦੇ ਕੀਤੇ ਨਹੀਂ ਪੂਰੀ ਹੈਗਾ ਕਿ ਜਿਸ ਕਰਕੇ ਅੱਜ ਫਿਰ ਇਹਨਾਂ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ। ਹੁਣ ਦੇਖਣਾ ਇਹ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਅੱਜ ਧਰਨਾ ਲੱਗਿਆ, ਟੋਲ ਪਲਾਜ਼ੇ ਬੰਦ ਕੀਤੇ ਗਏ ਨੇ ਕਿ ਇਹ ਇਹਨਾਂ ਟੋਲ ਪਲਾਜ਼ੇ ਬੰਦ ਦੌਰਾਨ ਕਿ ਸਰਕਾਰ ਦੇ ਆਗੂ ਜਾਂ ਕਿਸਾਨ ਆਗੂ ਕੋਈ ਮੀਟਿੰਗ ਹੁੰਦੀ ਹੈ ਜਾਂ ਕੁਛ ਸਿੱਟਾ ਨਿਕਲਦਾ ਕਿ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਧੰਨ ਧੰਨ। ਪਵਨ ਕੁਮਾਰ, ਪੰਜਾਬੀ ਲੋਕ ਚੈਨਲ।